रोजी रोटी दे लई अमरीका गए एक पंजाबी नौजवान की सड़क हादसे दे विच मौत हो जाने की दुखदायी खबर सामने आई है। जो करीब 5 साल पहला डोंकी लगा के अमरीका गया सी अते उत्थे ट्रक चलांदा सी। कुछ ही दिनों दे विच उसनू ग्रीन कार्ड भी मिलन वाला सी, पर इस तो पहला ही उसकी एक भयानक सड़क हादसे दे विच मौत हो गई। जिवें ही यह खबर पिंड पुजी तो परिवारक मैंबरां दा रो रो के बुरा हाल हो गया। करीब 5 साल पहला डोंकी लगा के अमरीका दे विच गए कपूरथला दे पिंड तलवंडी कूका दे 22 साल नौजवान राजविंदर सिंह दी अमरीका दे शहर मैरीलैंड विखे एक भयानक सड़क हादसे दे विच मौत हो गई। जानकारी दे अनुसार वह अपने ट्रक तो हेठा उतर के किसी दुकान दे विच जाण दे लई सड़क पार कर रहा सी कि एक तेज़ रफ्तार कार ने उस नूं टक्कर मार दित्ती, जिस दे कारण उसकी मौके दे उत्ते ही मौत हो गई। मृतक नौजवान दे पिता तरलोक सिंह ने भरे मन दे नाल दस्सिया कि उन्हां दा बेटा कैलीफोर्निया दे विच ट्रक चलांदा सी, पर उन्हां नूं सवेरे फोन आया सी जदों उन्हां नूं बेटे दी मौत बारे पता चलिया। मुंडा मेरा गया 2018 जनवरी 13 जनवरी चला गया घर डोंकी राही गया सी जी। हूँ उस स्टोर से काम किया जा शुरू जाके फिर उस ट्राला सीखा उन्हें अपना फिर उस बड़ा सोहना काम करता पे जी। अचानक एक्सीडेंट हो गया बस हम पता चल एक्सीडेंट होया कि गड्डी गड्डी ट्राला खिला के सैड पर अपना कोई समान लैन गया खाने वास्तव कुछ लेना जी वो तो गड्डी कोई आई गड्डी हिट कर गई। कदों की गल हैगी ਸਾਨੂੰ ਤਾਂ ਸਵੇਰੇ ਫੋਨ ਆਇਆ ਜੀ ਕੋਈ 6:30 ਵਜੇ ਨਾਲ ਤਕਰੀਬਨ ਕਦੋਂ ਕੁ ਦੱਸਦੇ ਐਕਸੀਡੈਂਟ ਹੋਇਆ ਉੱਥੇ ਵੀ ਇਹ ਦੱਸਿਆ ਕਿ ਕਦੋਂ ਹੋਇਆ ਵਾ ਸਾਨੂੰ ਤਾਂ ਸਵੇਰੇ ਪਤਾ ਲੱਗਾ ਹੁਣ ਤੁਹਾਡੀ ਅਖੀਰਲੀ ਵਾਰ ਗੱਲ ਕਦੋਂ ਹੋਈ ਆਪਣੇ ਬੇਟੇ ਨਾਲ? ਮੈਨੂੰ ਤਾਂ 4-5 ਦਿਨ ਹੋਏ ਗੱਲ ਨਹੀਂ ਹੋਈ ਸੀ। ਆਪਣੀ ਮਾਂ ਨੇ ਗੱਲ ਕਰਦਾ ਸੀ ਉਹਦੇ ਫੋਨ 'ਤੇ ਕਿਉਂਕਿ ਮੇਰਾ ਫੋਨ ਖਰਾਬ ਸੀ ਅਤੇ ਤਾਂ ਮੇਰੀ ਗੱਲ ਘੱਟ ਹੁੰਦੀ ਸੀ। ਹਾਂਜੀ ਕਿਹੜੇ ਸ਼ਹਿਰ 'ਚ ਰਹਿੰਦਾ ਸੀ? ਉਹ ਰਹਿੰਦਾ ਕੈਲੀਫੋਰਨੀਆ 'ਚ। ਪੱਕਾ ਹੋ ਗਿਆ ਸੀ ਕਿ ਨਹੀਂ? ਨਹੀਂ ਪੱਕਾ ਹੋ ਗਿਆ ਸੀ, ਗ੍ਰੀਨ ਕਾਰਡ ਅਪਲਾਈ ਕੀਤਾ ਉਹ ਨਹੀਂ ਮਿਲਿਆ ਸੀ ਇਹਨੂੰ, ਪੱਕਾ ਤਾਂ ਹੋ ਗਿਆ ਸੀ। ਇਸੇ ਤਰ੍ਹਾਂ ਪਿੰਡ ਵਾਸੀ ਇੱਕ ਨੌਜਵਾਨ ਨੇ ਆਖਿਆ ਕਿ ਪਰਿਵਾਰ ਨੇ ਬੜੀ ਮਿਹਨਤ ਕਰਕੇ ਬੇਟੇ ਨੂੰ ਵਿਦੇਸ਼ ਭੇਜਿਆ ਸੀ, ਹੁਣ ਜਦੋਂ ਪਰਿਵਾਰ ਦੇ ਦਿਨ ਫਿਰਨੇ ਸਨ ਤਾਂ ਬੇਟੇ ਦੀ ਮੌਤ ਦੀ ਖਬਰ ਆ ਗਈ ਹੈ। ਉਹਨਾਂ ਆਖਿਆ ਕਿ ਸਰਕਾਰ ਨੂੰ ਲਾਸ਼ ਲਿਆਉਣ ਦੇ ਲਈ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਆਪਣੇ ਬੱਚੇ ਦਾ ਆਖਰੀ ਵਾਰ ਮੂੰਹ ਦੇਖ ਸਕੇ। ਜੀ ਸਾਡੇ ਪਿੰਡ ਤੋਂ ਸੀ ਜੀ ਰਾਜਵਿੰਦਰ ਸਿੰਘ, 22 ਸਾਲ ਉਮਰ ਸੀ ਇਹਦੀ ਅਤੇ ਇੱਥੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਪਰਿਵਾਰ ਬਹੁਤ ਸਧਾਰਨ ਪਰਿਵਾਰ ਹੈ। ਇਹਨਾਂ ਨੇ ਇੱਥੋਂ ਮਿਹਨਤ ਕਰਕੇ ਆਪਣੇ ਮੁੰਡੇ ਨੂੰ ਅਮੈਰੀਕਾ ਭੇਜਿਆ ਸੀ 2018 'ਚ ਗਿਆ ਸੀ ਅਤੇ ਅੱਜ ਸਵੇਰੇ ਕੋਈ 6:30 ਵਜੇ ਫੋਨ ਆਇਆ ਕਿ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਹੈ ਅਤੇ ਆਪਣਾ ਕੋਈ ਗੇੜਾ ਲਾ ਰਿਹਾ ਸੀ, ਟਰੱਕ ਚਲਾਉਂਦਾ ਸੀ, ਟਰੱਕ ਲੈ ਕੇ ਜਾ ਰਿਹਾ ਸੀ ਅਤੇ ਕੋਈ ਜ਼ਰੂਰੀ ਸਮਾਨ ਵਾਸਤੇ ਉਤਰਿਆ ਸੀ ਸਟੋਰ 'ਤੇ ਅਤੇ ਰੋਡ ਕਰੋਸ ਕਰਨ ਲੱਗੇ ਕਿ ਜਾਂ ਪਤਾ ਹਰੇ ਤੱਕ ਉਹਦੇ ਇਹਨਾਂ ਦੇ ਬ੍ਰਦਰ ਗਏ ਨੇ, ਦੱਸ ਰਹੇ ਨੇ ਕਿ ਹਰੇ ਗੱਡੀ 'ਚੋਂ ਜਿੱਦਾਂ ਹੀ ਉਤਰ ਲੱਗਾ ਪਿੱਛੋਂ ਕੋਈ ਕਾਰ ਸਵਾਰ ਨੇ ਉਹ 'ਚ ਹਿੱਟ ਕਰਕੇ ਉਹਦੀ ਔਨ ਦੀ ਸਪੋਟ ਡੈਥ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਸ ਮੰਦਭਾਗੀ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਪੂਰਥਲਾ ਤੋਂ ਰਾਜੂ ਗੁਪਤਾ ਦੀ ਰਿਪੋਰਟ, ਹਮਦਰਦ TV।